ਚਾਹੀਦਾ। ਹੁਣ ਟਾਈਮ ਹੋਇਆ, ਰੋਟੀ ਆ ਗਈ, ਰੋਟੀ ਖਾਣ ਲੱਗੇ ਹਾਂ ਅਤੇ ਇਹ ਬਣਾ ਠੰਡੀ ਅਤੇ ਜ਼ਬਰਦਸਤ ਅਤੇ ਗਾੜੀ ਅਤੇ ਸੰਘਣੀ ਸਰਦਾਈ ਇਹ ਹੁਣ ਪਾਉਂਦੇ ਜਨਾਬ ਇਹਦੇ ਵਿੱਚ ਰੂਫ ਦਾ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ, ਕੀ ਹਾਲ ਜਨਾਬ? ਠੀਕ ਹੋ, ਰਾਜ਼ੀ ਹੋ? ਹੋਰ ਜਨਾਬ ਖੈਰੀਏ ਤੋਂ ਸਾਰੇ? 12 ਵੱਜ ਗਿਆ ਜਨਾਬ ਅਤੇ ਐਤਵਾਰ ਦਾ ਦਿਨ ਹੈ, ਘਰ ਰੈਸਟ ਮਾਰ ਰਹੇ ਅਤੇ ਬਾਹਰ ਬਹੁਤ ਗਰਮੀ ਹੈ, ਬੜੀ ਗਰਮੀ ਬਾਹਰ। ਅਤੇ ਬਾਹਰੋਂ ਆਇਆ ਵਾਂ ਸ਼ਹਿਰੋਂ ਸਬਜ਼ੀ ਲੈ ਕੇ ਅਤੇ ਸਮਝ ਲਾ ਵੀ ਲੋਅ ਪੈ ਰਹੀ ਬਾਹਰ। ਅਤੇ ਆਉਂਦਿਆਂ ਦਿਲ ਕੀਤਾ, ਮੈਂ ਕਿਹਾ ਜਨਾਬ ਕੋਈ ਠੰਡੀ ਠੰਡੀ ਸ਼ੈ ਹੋਣੀ ਚਾਹੀਦੀ ਆ, ਅਤੇ ਅਸੀਂ ਹੁਣ ਠੰਡੀ ਠੰਡੀ ਸ਼ੈ ਬਣਾਉਣ ਲੱਗੇ ਹਾਂ, ਮੈਂ ਅਤੇ ਅਹਿਮਦ, ਅਤੇ ਦੇਖਦੇ ਹਾਂ ਵੀ ਉਹ ਕੈਸੀ ਸ਼ੈ ਆ। ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਦੇ, ਮੈਂ ਚਲੋ ਵਲੌਗ ਵੀ ਨਾਲ ਥੋੜ੍ਹਾ ਜਿਹਾ ਬਣਾ ਲਈਏ ਅਤੇ ਨਾਲੇ ਤੁਹਾਡੇ ਨਾਲ ਸ਼ੇਅਰ ਵੀ ਕਰ ਲਈਏ ਕਿ ਜ਼ਬਰਦਸਤ ਗਰਮੀਆਂ ਦੀ ਸੌਗਾਤ। ਲਓ ਜਨਾਬ, ਕੈਮਰਾਮੈਨ ਸਾਹਿਬ ਨੂੰ ਦਿਖਾਓ ਕੀ ਅਸੀਂ ਕਰ ਰਹੇ ਹਾਂ। ਲਓ ਜਨਾਬ, ਵੀਡੀਓ ਦਾ ਬਾਅਦ ਸਾਨੂੰ ਚੇਤਾ ਆਇਆ ਪਰ ਹਲੇ ਕਿ ਅਸੀਂ ਹੁਣ ਬਦਾਮ ਪਾ ਲਿਆ, ਖਸਖਾਸ ਵੀ ਪਾ ਦਿੱਤੀ ਵਿੱਚ, ਅਤੇ ਅਸੀਂ ਹੁਣ ਬਣਾਉਣ ਲੱਗੇ ਹਾਂ ਜੀ ਸਰਦਾਈ। ਅਤੇ ਸਰਦਾਈ ਜਿਹੜੀ ਨਾ ਘੁੱਟਣ ਲੱਗੇ ਹਾਂ ਕੁੰਡੀ ਦੇ ਵਿੱਚ, ਡੰਡਾ ਲੈ ਕੇ ਆਇਆ, ਕੁੰਡੀ ਲੈ ਕੇ ਆਇਆ, ਸਰਦਾਈ ਆਪਣਾ ਬਦਾਮ ਲੈ ਕੇ ਆਇਆ, ਖਸਖਾਸ ਲੈ ਕੇ ਆਇਆ, ਅਤੇ ਹੁਣ ਨਾ ਜਨਾਬ ਅਸੀਂ ਪਾ ਦਿੱਤੀ ਵਿੱਚ ਖਸਖਾਸ, ਅਤੇ ਹੁਣ ਮਾਰਦੇ ਹਾਂ ਰਗੜਾ ਅਤੇ ਸਰਦਾਈ ਕਰਦੇ ਹਾਂ ਤਿਆਰ। ਅਤੇ ਫਿਰ ਜਨਾਬ ਇਹਨੂੰ ਤਿਆਰ ਕਰਕੇ ਚੀਨੀ ਛੀਨੀ ਪਾ ਕੇ, ਰੂਫ ਦਾ ਪਾ ਕੇ, ਅਤੇ ਜਰਾ ਗਰਮੀਆਂ ਦੀ ਸਕਾਤ ਜਿਹੜੀ ਨਾ ਅੱਜ ਪੀਂਦੇ ਹਾਂ ਜਨਾਬ ਸਾਰੇ ਜਣੇ ਰਲ ਕੇ। ਆਮ ਤਾਂ ਬਹੁਤ ਦਿਲ ਕਰਨ ਡਿਆ, ਕਹਿੰਦਾ ਜੀ ਅੱਜ ਮੈਂ ਨਾ ਵਾਹਵਾ ਸਾਰੀ ਪੀਣੀ, ਅਤੇ ਮਿੱਟੀ ਦੀ ਕੁੰਡੀ ਅਤੇ ਮਿੱਟੀ ਦੇ ਪਿਆਲੇ 'ਚ ਬਣਾ ਕੇ ਪੀਵਾਂਗੇ ਅੱਜ ਸਰਦਾਈ। ਅਤੇ ਰਗੜਾ ਲਾ ਰਿਹਾ ਮੈਂ, ਤੇਰੀ ਖੈਰ ਹੋ ਜੇ। ਸਰਦਾਈ ਪੀਣ ਵਾਸਤੇ ਤੇ ਸਰਦਾਈ ਪਹਿਲੇ ਪੀਣ ਵਾਸਤੇ ਪਹਿਲੇ ਜ਼ੋਰ ਵੀ ਲਾਉਣਾ ਪੈਂਦਾ, ਕੁਛ ਪਾਣੀ ਕੇ ਲਈ ਕੁਛ ਖੋਣਾ ਪੜਤਾ ਹੈ ਜਨਾਬ।
ਲਓ ਜੀ ਜਨਾਬ, ਫਾਈਨਲੀ ਕਾਫੀ ਸਾਰੀ ਮਿਹਨਤ ਕੀਤੀ ਕਰਕੇ ਅਤੇ ਸਰਦਾਈ ਤਿਆਰ ਕਰ ਲਈ ਆ, ਅਤੇ ਇਨਸ਼ਾਅੱਲਾ ਤਾਲਾ ਹੁਣ ਸਰਫ ਕਰਦੇ ਹਾਂ, ਗਲਾਸ ਪਾ ਕੇ ਅਤੇ ਪੀਂਦੇ ਹਾਂ ਠੰਡੀ ਠੰਡੀ ਸਰਦਾਈ। ਬਹੁਤ ਮਿਹਨਤ ਔਰ ਮੁਸ਼ਕਤ ਦੇ ਨਾਲ ਸਰਦਾਈ ਤਿਆਰ ਕਰ ਲਈ। ਮੈਂ ਦਿਖਾਓ ਜੀ ਸਰਦਾਈ, ਇਹ ਬਣਾ ਠੰਡੀ ਅਤੇ ਜ਼ਬਰਦਸਤ ਅਤੇ ਗਾੜੀ ਅਤੇ ਸੰਘਣੀ ਸਰਦਾਈ। ਹੁਣ ਪਾਉਂਦੇ ਜਨਾਬ ਇਹਦੇ ਵਿੱਚ ਰੂਫ ਦਾ ਵੀ ਪਿਆਲਾ ਸਬਰ ਦਾ, ਕੋਈ ਨੀ ਸਾਥੀ ਕਬਰ ਦਾ, ਉੱਤੇ ਪਾਓ ਜੀ ਰੂਫ ਦਾ। ਲਓ ਜੀ ਕੈਮਰਾਮੈਨ ਸਾਹਿਬ, ਇੱਥੇ ਡੱਬਾ ਟਕਾ ਤਾ ਆਪਾਂ, ਪਿੱਛੇ ਕਰੋ ਜਰਾ, ਪਿਆਲਾ ਦਿਖਾਓ ਪੀ ਰਹੇ ਜਨਾਬ। ਲਓ ਜੀ ਜਨਾਬ, ਜਿਹਨੇ ਜਿਹਨੇ ਪੀਣੀ ਹੈ ਸਰਦਾਈ ਠੰਡੀ ਠੰਡੀ ਗਰਮੀਆਂ ਦੇ ਵਿੱਚ, ਆ ਜਾਓ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਲਓ ਜੀ ਸਰਦਾਈ ਪੀ ਕੇ ਅਤੇ ਅੱਧਾ ਪੌਣਾ ਘੰਟਾ ਰੈਸਟ ਵੱਜ ਗਈ। ਰੋਟੀ ਦਾ ਹੁਣ ਟਾਈਮ ਹੋਇਆ, ਰੋਟੀ ਆ ਗਈ, ਰੋਟੀ ਖਾਣ ਲੱਗੇ ਹਾਂ ਅਤੇ ਵੀਡੀਓ ਦਾ ਵੀ ਐਡ ਕਰਦੇ, ਨਾਲੇ ਮੈਂ ਨਾਜ਼ਰੀਨ ਨੂੰ ਥੋੜ੍ਹਾ ਸ਼ੇਅਰ ਕਰਦਾ। ਪਿਆਜ਼, ਸਲਾਦ, ਇਹ ਦਾਲ ਮਾਸ਼ ਦੋ ਕਿਸਮ ਦੀ ਹੈ, ਇੱਕ ਆ ਜਿਹੜੀ ਆ ਮੇਰੀ ਫੇਵਰੇਟ ਹੈ ਬਰਾਉਨ, ਇਹ ਜਿਹੜੀ ਘਰਦਿਆਂ ਦੀ ਫੇਵਰੇਟ ਬੱਚਿਆਂ ਦੀ। ਰੋਟੀ ਆ ਗਿਆ, ਐ ਮੱਖਣ ਆ ਗਿਆ, ਚਾਵਲ ਆ ਗਿਆ ਬੋਇਲ ਕੀਤੇ ਹੋਏ। ਲਓ ਜੀ ਜਨਾਬ, ਇਹ ਸੀ ਅੱਜ ਦਾ ਛੋਟਾ ਜਿਹਾ ਵਲੌਗ, ਨਾਜ਼ਰੀਨ ਨਾਲ ਸ਼ੇਅਰ ਕੀਤਾ। ਅਗਰ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ ਆਦਮੀ ਕਰਾ ਜੇ। ਨੈਕਸਟ ਵੀਡੀਓ ਨਾਲ ਫਿਰ ਆਦਰ ਆਵਾਂਗਾ। ਮਿਹਰਬਾਨੀ, ਬਹੁਤ ਸ਼ੁਕਰੀਆ ਜਨਾਬ, ਅੱਲਾ ਹਾਫਿਜ਼।